ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਰਚਨਾ ਸਿੰਘ BC ਦੀ ਐਂਟੀ ਰੇਸਿਜ਼ਮ ਇਨੀਸ਼ੀਏਟਿਵਸ ਦੀ ਪਾਰਲੀਮੈਂਟਰੀ ਸਕੱਤਰ ਅੱਜ ਦਾ ਦਿਨ ਬਹੁਤ ਹੀ ਮਹੱਤਵਪੂਰਨ ਤੇ ਹਿਸਟੋਰੀਕ ਹੈ ਅੱਜ ਅਸੀਂ BC ਲੈਜਿਸਲੇਚਰ ਵਿੱਚ ਐਂਟੀ ਰੇਸਿਜ਼ਮ ਡੇਟਾ ਐਕਟ ਇੰਟਰੋਡਿਊਸ ਕੀਤਾ ਅਸੀਂ ਜਾਣਦੇ ਹਾਂ ਕਿ ਬਹੁਤ ਦੇਰ ਤੋਂ ਇੰਡੀਜਨਸ ਬਲੈਕ ਤੇ ਜਿਹੜੇ ਰੰਗਦਾਰ ਲੋਕੀ ਐ ਉਹ ਜਦ ਸਰਵਿਸਿਜ਼ ਐਕਸੈਸ ਕਰਦੇ ਸੀਗੇ ਉਹਨਾਂ ਨੂੰ ਕਾਫੀ ਜ਼ਿਆਦਾ ਗੈਪਸ ਕਈ ਵਾਰੀ ਬੈਰੀਅਰਸ ਦਾ ਸਾਹਮਣਾ ਕਰਨਾ ਪੈਂਦਾ ਸੀ ਇਹ ਐਕਟ ਪਹਿਲੀ ਵਾਰੀ ਬ੍ਰਿਟਿਸ਼ ਕਲੰਪੀਆ ਵਿੱਚ ਇੰਟਰੋਡਿਊਸ ਕੀਤਾ ਜਾ ਰਿਹਾ ਹੈ ਜਿਹੜਾ ਕਿ ਉਹਨਾਂ ਇਨੈਕੁਇਟੀਜ਼ ਨੂੰ ਜਿਹੜੀਆਂ ਬਹੁਤ ਜ਼ਿਆਦਾ ਸਾਡੇ ਸਿਸਟਮ ਵਿੱਚ ਬੜੀਆਂ ਹੋਈਆਂ ਉਹਨਾਂ ਨੂੰ ਪਛਾਣ ਸਕੇ ਉਹਨਾਂ ਨੂੰ ਉੱਤੇ ਲਿਆ ਸਕੇ ਤੇ ਉਹਦੇ ਤੇ ਕੰਮ ਹੋ ਸਕੇ ਤਾਂ ਕਿ ਜਿਹੜਾ ਵੀ ਇਹ ਜਿਹੜਾ ਸਾਡਾ ਸੂਬਾ ਹੈ ਸਾਰਿਆਂ ਲਈ ਉਹਨਾਂ ਹੀ ਜਿਆਦਾ ਕੰਮ ਕਰੇ ਜਿਵੇਂ ਕਿ ਸਾਰੀ ਮੇਜੋਰਿਟੀ ਆਫ ਬ੍ਰਿਟਿਸ਼ ਕਲੰਪੀਅਨਸ ਲਈ ਕਰਦਾ ਹੈਗਾ ਤੇ ਮੈਨੂੰ ਅੱਜ ਬਹੁਤ ਹੀ ਖੁਸ਼ੀ ਹੈ ਕਿ ਇਹ ਐਕਟ ਇੰਟਰੋਡਿਊਸ ਹੋ ਚੁੱਕਾ ਹੈ ਤੇ ਇਹ ਸਿਰਫ ਸਾਡੇ ਲਈ ਨਹੀਂ ਸਾਡੇ ਸਾਰਿਆਂ ਲਈ ਬਹੁਤ ਹੀ ਲਾਭਮਾਨ ਸਾਬਤ ਹੋਏਗਾ